सत श्री अकाल जी, स्वागत है तुहाडा मेरे यूट्यूब चैनल ते। ते आज दा जड़ा मेरा वीडियो है वो मॉर्निंग तो ही स्टार्ट हो चुका है। ते सब तो पहले देखो जी, साढ़े घर दा जड़ा सब तो छोटा मैंबर है उन्हें अपना काम स्टार्ट कर दिता है। इहदा रोज़ दा ही काम है, सवेरे उठ के अपना नाश्ता पानी करके सफाइयां नूं लग जांदी है। ते बच्चे इत्थे आपो अपना काम कर रहे ने। देखी जोर की फट दिया, दंदी फट लेनी, कुछ भी नहीं कहना, देख लो उसको डर को नहीं लगता ही। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ ਤੇ। ਹੋਰ ਫਰੈਂਡਸ, ਕੀ ਹਾਲ ਚਾਲ ਨੇ? ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੀ ਹੋਵੋਗੇ। ਤੇ ਅੱਜ ਦਾ ਵੀਡੀਓ ਅਸੀਂ ਸਵੇਰ ਤੋਂ ਹੀ ਸਟਾਰਟ ਕਰ ਲਿਆ ਸੀਗਾ, ਆਪਣੀ ਸਾਖੀ ਤੋਂ ਸਟਾਰਟ ਕਰ ਲਿਆ ਸੀ। ਸਾਖੀ ਸਾਡੀ ਝਾੜੂ ਮਾਰਦੀ ਵੀ ਸੀ ਅੱਜ ਸਵੇਰੇ ਸਵੇਰੇ, ਤੇ ਹੁਣ ਵੇਖੋ ਇਹ ਕਿੰਨੀ ਸੋਹਣੀ ਤਿਆਰ ਹੋਈ ਹੈ। ਇਹਨੂੰ ਅਸੀਂ ਲਹਿੰਗਾ ਪਵਾਉਣ ਲੱਗੇ ਸੀਗੇ, ਲੇਕਿਨ ਲਹਿੰਗਾ ਇਹਨੂੰ ਥੋੜਾ ਵੱਡਾ ਹੈ, ਇਸ ਲਈ ਫਿਰ ਨਹੀਂ ਪਵਾਇਆ ਲਹਿੰਗਾ। ਇਹ ਦੇਖੋ ਬੜਾ ਹੀ ਪਿਆਰਾ ਲਹਿੰਗਾ ਹੈ, ਲੇਕਿਨ ਇਹਨੂੰ ਡਬਲ ਹੈ, ਡਬਲ ਆਉਂਦਾ। ਤੇ ਅੱਜ ਮੈਂ ਸਾਖੀ ਦਾ ਹੇਅਰ ਸਟਾਈਲ ਕੀਤਾ, ਇਸ ਕਰਕੇ ਹੇਅਰ ਸਟਾਈਲ ਕੀਤਾ ਸੀ ਵੀ ਇਹ ਲਹਿੰਗੇ ਦੇ ਨਾਲ ਅੱਛਾ ਲੱਗੇਗਾ। ਪੱਖਾ ਚਲਾ ਲਓ ਯਾਰ, ਗਰਮੀ ਲੱਗਦੀ ਹੈ। ਤੇ ਆਹ ਦੇਖੋ, ਤੁਸੀਂ ਦੇਖ ਸਕਦੇ ਹੋ ਮੈਂ ਦਾ ਹੇਅਰ ਸਟਾਈਲ ਕਿੰਨਾ ਪਿਆਰਾ ਕੀਤਾ ਹੈ ਛੋਟੇ ਜਿਹੇ ਬਾਬੂ ਦਾ। ਇਹ ਸਾਡਾ ਬਾਬੂ ਹੁਣ ਚੱਲਿਆ ਹੈ, ਬਾਏ ਬਾਏ ਕਰਨ ਲੱਗਾ ਸਾਨੂੰ, ਬਸ ਇਹਨਾਂ ਨੇ ਚਲੇ ਜਾਣਾ ਹੈ। ਪਰਸੋਂ ਅਸੀਂ ਇਹਨਾਂ ਨੂੰ ਛੱਡਣ ਜਾ ਰਹੇ ਹਾਂ, ਕੱਲ ਅਸੀਂ ਇਹਨਾਂ ਨੂੰ ਛੱਡਣ ਜਾ ਰਹੇ ਹਾਂ। ਤੇ ਜਾਣਗੇ ਪਾਣੀਪਤ ਪਹਿਲੇ, ਫਿਰ ਉਸ ਤੋਂ ਬਾਅਦ ਜਾਣਗੇ ਦਿੱਲੀ। ਤੇ ਚਾਕੂ ਦਾ ਸਾਡੀ ਦਾ ਹੇਅਰ ਸਟਾਈਲ ਦੇਖੋ, ਖੜੇ ਹੋ ਕੇ ਦਿਖਾਓ, ਖੜੇ ਹੋ ਕੇ ਫੋਲੋ ਕੈਚੇ ਹੈ, ਲਾਈਕ ਕਰੋ, ਲਾਈਕ ਕਰੋ, ਦੱਸ ਕਰੋ ਕਿਵੇਂ ਲਾਈਕ ਕਿਵੇਂ ਕਰਨਾ, ਲਾਈਕ ਕਰੋ ਐਵੇਂ ਹੱਥ ਅੱਗੇ ਕਰਕੇ, ਲਾਈਕ ਕਰੋ, ਲਾਈਕ ਕਰੋ, ਪ੍ਰੀਤ ਦਾ ਹੇਅਰ ਸਟਾਈਲ ਅੱਗੋਂ ਵੀ ਹੇਅਰ ਸਟਾਈਲ ਬਣਾਇਆ, ਬੜਾ ਹੀ ਸੋਹਣਾ ਬਣਿਆ। ਤੇ ਬੈਕ ਸਾਈਡ ਤੋਂ ਬੜਾ ਹੀ ਅੱਛਾ, ਥੱਲੇ ਪਿੱਛੇ ਕਰ, ਪਿੱਛੇ ਕਰ ਲੈਣਾ ਲੋ ਜੀ। ਇੱਥੇ ਆ ਚੁੱਕਿਆ ਸਾਡੇ ਘਰ ਇੱਕ ਨਵਾਂ ਯੂਟਿਊਬਰ, ਤੁਸੀਂ ਇਹਦੀ ਸ਼ਰਾਰਤਾਂ ਦੇਖਣਾ ਨਾਲ ਦੀ ਨਾਲ। ਅੱਜ ਮੈਂ ਇਸ ਵੀਡੀਓ ਦੇ ਵਿੱਚ ਸਿਰਫ ਇੱਕ ਸਾਖੀ ਪ੍ਰੀਤ ਦੀਆਂ ਤੁਹਾਨੂੰ ਸ਼ਰਾਰਤਾਂ ਜਿਹੜੀਆਂ ਕਿ ਮਸਤੀਆਂ ਦਿਖਾਵਾਂਗੀ, ਅਤੇ ਬੜੀਆਂ ਹੀ ਅੱਛੀਆਂ ਲੱਗਦੀਆਂ ਨੇ। ਅਤੇ ਹੁਣ ਤੁਸੀਂ ਦੇਖਣਾ ਅਤੇ ਸੁਣਨਾ ਵੀ ਧਿਆਨ ਨਾਲ। ਆ ਗਈ ਤੇਰਾ ਕਰ ਗੱਲ, ਮੰਮਾ ਦਾ ਆਇਆ ਫੋਨ। ਹੈ ਦੇਖੋ, ਇੱਥੇ ਇਹ ਵੀ ਇਹਦੇ ਹੀ ਕੰਮ ਨੇ ਸਾਖੀ ਪ੍ਰੀਤ ਦੇ, ਖਲਾਰਾ ਇਹਨੇ ਪਾਇਆ ਔਰ ਸਮੇਟ ਅੰਸ਼ ਰਿਹਾ ਹੈ, ਅਤੇ ਬਸ ਇਹਦਾ ਇਹੀ ਕੰਮ ਚੱਲਦਾ ਸੀ। ਅਤੇ ਲਓ ਜੀ, ਇਹ ਹੁਣ ਨੈਕਸਟ ਮੋਰਨਿੰਗ ਹੈ ਜਿਹੜੀ ਕਿ ਟਿਊਜ਼ਡੇ ਯਾਨੀ ਕਿ ਮੰਗਲਵਾਰ ਦੇ ਦਿਨ, ਅਤੇ ਮੈਂ ਸਵੇਰੇ ਸਵੇਰੇ ਰੋਟੀ ਬਣਾ ਰਹੀ ਹਾਂ। ਹਾਲੀ 4:30 ਵਜੇ ਦਾ ਟਾਈਮ ਹੈ ਸਵੇਰ ਦੇ,
ਤੇ ਅੱਜ ਇਹਨਾਂ ਦੀ ਤਿਆਰੀ ਹੋ ਰਹੀ ਹੈ ਵਾਪਸ ਜਾਣ ਦੀ ਤੇ ਬਸ ਸਭ ਤੋਂ ਪਹਿਲੇ ਮੈਂ ਉੱਠ ਕੇ ਨਹਾ ਧੋ ਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਬੱਚੇ ਦੋਨੋਂ ਉੱਠ ਗਏ ਸੀਗੇ ਟਾਈਮ ਨਾਲ ਹੀ ਇਹਨਾਂ ਨੂੰ ਬੜਾ ਹੀ ਅੱਜ ਚਾਅ ਚੜਿਆ ਹੋਇਆ ਸੀ ਆਪਣੀ ਮੰਮਾ ਕੋਲ ਜਾਣ ਦਾ ਤੇ ਮੈਂ ਇਹਨਾਂ ਨੂੰ ਅੱਜ ਛੱਡਣ ਜਾ ਰਹੀ ਹਾਂ ਵਾਪਸ ਤੇ ਇੱਥੇ ਸਾਖੀ ਪ੍ਰੀਤ ਦੀ ਮੈਂ ਗੁੱਤ ਕਰ ਰਹੀ ਹਾਂ ਪਹਿਲੇ ਤੇ ਬੱਚਿਆਂ ਨੂੰ ਮੈਂ ਤਿਆਰ ਬਾਅਦ 'ਚ ਕੀਤਾ ਸੀ ਪਹਿਲੇ ਨਾਸ਼ਤਾ ਵਗੈਰਾ ਮੈਂ ਬਣਾ ਲਿਆ ਸੀ ਜਿਹੜਾ ਕਿ ਮੈਂ ਨਾਲ ਲੈ ਕੇ ਜਾਣਾ ਸੀਗਾ ਕਿਉਂਕਿ ਛੋਟੇ ਬੱਚਿਆਂ ਦੇ ਨਾਲ ਕੁਛ ਨਾ ਕੁਛ ਖਾਣ ਪੀਣ ਵਾਲਾ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਆਪਾਂ ਬਾਹਰ ਦੀ ਚੀਜ਼ਾਂ ਨਹੀਂ ਖਾ ਸਕਦੇ ਕਿੱਥੇ ਚੱਲੇ ਆ ਤੁਸੀਂ ਕਿੱਥੇ ਚੱਲੇ ਹੋ ਹਾਂ ਚਾਚੂ ਕਿੱਥੇ ਹੋਰ ਅੰਦਰ ਬਾਏ ਮੈਂ ਕਿਹਾ ਚੱਲੀ ਹਾਂ ਹਾਏ ਹਾਏ ਪਾਗਲ ਜਾ ਹੈਂ ਕੀ ਹਾਂ ਆਹੋ ਕਿੰਨੀ ਸੋਹਣੀ ਵਾਓ ਕਿੰਨੀ ਸੋਹਣੀ ਚਲੋ 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 ਬਾਏ ਚਲੋ ਜਾਓ ਤੁਸੀਂ ਗਏ ਘਰ ਬਾਰਿਸ਼ ਆਉਣ ਵਾਲੀ ਹੈ ਨਾ ਐਵੇਂ ਲੱਗ ਰਿਹਾ ਖਿੜਕੀ ਖੋਲਦੇ ਥੋੜੀ ਜਿਹੀ ਅਸੀਂ ਕਿੱਥੇ ਚੱਲੇ ਆ ਅਸੀਂ ਕਿੱਥੇ ਚੱਲੇ ਆ ਮੰਮਾ ਜੀ ਕੋਲ ਮੰਮਾ ਕੋਲ ਅਸੀਂ ਮੰਮਾ ਕੋਲ ਚੱਲੇ ਆ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਪਾਣੀਪਤ ਸ਼ਹਿਰ ਦੇ ਵਿੱਚ ਅਤੇ ਅਸੀਂ ਇੱਥੇ ਬੈਠੇ ਹਾਂ ਟੋਲ ਪਲਾਜ਼ਾ ਦੇ ਕੋਲ ਅਤੇ ਮੰਮੀ ਡੈਡੀ ਮੇਰੇ ਇੱਥੇ ਆ ਚੁੱਕੇ ਨੇ ਕਿਉਂਕਿ ਮੈਂ ਫਿਰ ਇਹਨਾਂ ਨੂੰ ਇੱਥੇ ਹੀ ਬੁਲਾ ਲਿਆ ਸੀਗਾ ਅਤੇ ਮੇਰੀ ਸਿਸਟਰ ਨੇ ਇੱਥੇ ਹੀ ਆਉਣਾ ਹੈ ਟੋਲ ਪਲਾਜ਼ਾ 'ਤੇ ਹੀ ਅਤੇ ਉਹਨੇ ਦਿੱਲੀ ਤੋਂ ਆਉਣਾ ਹੈ ਅਤੇ ਬਸ ਉਹ ਉੱਥੋਂ ਦੀ ਹੀ ਆਪਣੇ ਬੱਚਿਆਂ ਨੂੰ ਲੈ ਕੇ ਵਾਪਸ ਚਲੀ ਜਾਏਗੀ ਘਰ ਨਹੀਂ ਜਾਣਾ ਸੀਗਾ ਉਹਨੇ ਅਤੇ ਬਸ ਇੱਥੇ ਅਸੀਂ ਵੇਟ ਕਰ ਰਹੇ ਹਾਂ ਉਹਦੇ ਆਉਣ ਦਾ ਅਤੇ 10-15 ਮਿੰਟ ਤੱਕ ਉਹ ਪਹੁੰਚ ਗਈ ਸੀ ਉੱਥੇ ਅਤੇ ਇੱਥੇ ਦੇਖੋ ਤੁਸੀਂ ਸਾਖੀ ਪ੍ਰੀਤ ਵੀ ਬੈਠੀ ਇੱਥੇ ਆਪਣੀ ਮੰਮੀ ਦਾ ਵੇਟ ਕਰ ਰਹੀ ਹੈ ਅਤੇ ਇਹ ਮੇਰੀ ਨਾਲ ਭਤੀਜੀ ਵੀ ਆਈ ਸੀਗੀ ਅਵਰੀਤ ਅਤੇ ਮੰਮੀ ਡੈਡੀ ਵੀ ਆਏ ਸੀਗੇ ਅਤੇ ਇਹਨੂੰ ਦੇਖੋ ਇੱਥੇ ਆਪਣੀ ਮੰਮੀ ਦਾ ਵੇਟ ਕਰ ਰਹੀ ਹੈ ਬਹੁਤ ਹੀ ਬਸ ਦੀ ਸ਼ਰਾਰਤਾਂ ਮੈਂ ਕੈਦ ਕਰ ਲਈਆਂ ਨੇ ਹੁਣ ਅਤੇ ਜਦੋਂ ਕਦੀ ਵੱਡੀ ਹੋਏਗੀ ਤਾਂ ਦੇਖੇਗੀ ਆਪਣੀਆਂ ਸ਼ਰਾਰਤਾਂ ਨੂੰ ਅਤੇ ਇੱਥੇ ਦੇਖੋ ਮੇਰੀ ਸਿਸਟਰ ਵੀ ਆ ਗਈ ਹੈ ਸਿਸਟਰ ਮੇਰੀ ਛੋਟੀ ਹੈ ਮੇਰੇ ਤੋਂ ਅਤੇ ਇੱਥੇ ਆ ਬਸ ਅਸੀਂ 10 ਮਿੰਟ ਹੀ ਇੱਕ ਦੂਸਰੇ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਸੜਕ 'ਤੇ ਤਾਂ ਖਲੋ ਕੇ ਤੁਹਾਨੂੰ ਪਤਾ ਹੀ ਹੈ ਕੀ ਗੱਲਬਾਤ ਹੁੰਦੀ ਹੈ ਅਤੇ ਬਸ ਹਾਲ ਚਾਲ ਪੁੱਛਿਆ ਇੱਕ ਦੂਸਰੇ ਦਾ ਅਤੇ ਬਸ ਇਹ ਹੁਣ ਇਹਨਾਂ ਦੀ ਵਾਪਸੀ ਦੀ ਤਿਆਰੀ ਹੈ ਅਤੇ ਬਸ ਬੱਚਿਆਂ ਦਾ ਆਪਣੀ ਮੰਮੀ ਨੂੰ ਵੇਖ ਕੇ ਬੜਾ ਹੀ ਜ਼ਿਆਦਾ ਖੁਸ਼ ਹੋਏ ਸੀਗੇ ਖਾਸ ਕਰਕੇ ਸਾਖੀ ਪ੍ਰੀਤ ਪਹਿਲੇ ਤਾਂ ਕਹਿ ਰਹੀ ਸੀ ਮੈਂ ਨਹੀਂ ਜਾਣਾ ਆਪਣੇ ਘਰ ਲੇਕਿਨ ਜਦੋਂ ਇਹਦੀ ਮੰਮਾ ਇਹਨੂੰ ਮਿਲੀ ਤਾਂ ਫਿਰ ਕਹਿੰਦੀ ਨਹੀਂ ਮੈਂ ਹੁਣ ਮੰਮਾ ਨਾਲ ਹੀ ਜਾਣਾ ਹੈ ਅਤੇ ਬਸ ਇਹਨਾਂ ਨੂੰ ਅਸੀਂ ਬਿਠਾ ਰਹੇ ਹਾਂ ਆਪਣਾ ਗੱਡੀ ਦੇ ਵਿੱਚ ਅਤੇ ਬੜੇ ਹੀ ਸੇਫ ਹੋ ਕੇ ਆਏ ਸੀਗੇ ਸੇਫਟੀ ਦਾ ਬੜਾ ਹੀ ਧਿਆਨ ਰੱਖਿਆ ਇਹਨਾਂ ਨੇ ਵੀ ਕੋਈ ਦਿੱਕਤ ਨਾ ਆਏ ਛੋਟੇ ਬੱਚਿਆਂ ਦਾ ਤਾਂ ਵੈਸੇ ਹੀ ਬੜਾ ਧਿਆਨ ਰੱਖਣਾ ਪੈਂਦਾ ਅਤੇ ਬਸ ਬੈਠ ਚੁੱਕੇ ਨੇ ਆਪਣੀ ਗੱਡੀ ਦੇ ਵਿੱਚ ਅਤੇ ਹੁਣ ਇਹਨਾਂ ਦੀ ਚੱਲਣ ਦੀ ਤਿਆਰੀ ਹੈ ਅਤੇ ਚਲੋ ਜੀ ਫਿਰ ਆਪਾਂ ਵੀ ਇਸ ਦੇ ਨਾਲ ਆਪਣੀ ਵੀਡੀਓ ਦਾ ਐਂਡ ਕਰ ਲੈਂਦੇ ਹਾਂ ਅਗਰ ਤੁਹਾਨੂੰ ਵੀਡੀਓ ਪਸੰਦ ਆਇਆ ਹੋਏ ਤਾਂ ਪਲੀਜ਼ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ ਹੁਣ ਤਾਂ ਸਾਖੀ ਪ੍ਰੀਤ ਨੇ ਵੀ ਤੁਹਾਨੂੰ ਕਹਿ ਦਿੱਤਾ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਚਲੋ ਜੀ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਅੱਜ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ।